ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਮੇਰੇ ਪਰਸਨਲ ਫੇਵਰੇਟ, ਤੁਹਾਡੇ ਸਾਰਿਆਂ ਦੇ ਫੇਵਰੇਟ ਜ਼ੋਰਾ ਰੰਧਾਵਾ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ ਸਾਨੂੰ ਅੱਜ ਇੰਟਰਵਿਊ ਕਰਨ ਵਾਸਤੇ। ਬਹੁਤ ਬਹੁਤ ਥੈਂਕ ਯੂ ਤੁਹਾਡਾ, ਥੈਂਕ ਯੂ ਭਾਅ ਜੀ। ਭਾਅ ਜੀ, ਮੂਵੀ ਆ ਰਹੀ ਹੈ 21 ਤਰੀਕ ਨੂੰ ਲਕੀਰਾਂ, ਦੋ ਗਾਣੇ ਗਾਏ ਆ ਤੁਸੀਂ ਉਹਦੇ 'ਚ, ਓਕੇ ਓਕੇ ਅਤੇ ਵੰਡਰਲੈਂਡ, ਅਤੇ ਕੀ ਕਹਿਣਾ ਚਾਹੋਗੇ ਮੂਵੀ ਬਾਰੇ? ਮੂਵੀ ਤੋਂ ਵੀ ਹੋਣਾ, ਮੈਂ ਵੀ ਨਹੀਂ ਦੇਖੀ, ਬਟ ਜੋ ਟ੍ਰੇਲਰ ਦੱਸ ਰਿਹਾ ਹੈ ਕਾਫੀ ਅੱਛੀ ਲੱਗ ਰਹੀ ਆ, ਐਂਡ ਮਿਊਜ਼ਿਕ ਨੂੰ ਕਾਫੀ ਜ਼ਿਆਦਾ ਲੋਕਾਂ ਨੇ ਰਿਸਪੋਂਸ ਪਿਆਰ ਦਿੱਤਾ ਆਲਰੇਡੀ। ਸੋ ਲੁਕਿੰਗ ਫੋਰ ਫੋਰ 21st October, ਦੇਖਦੇ ਹਾਂ ਉਹ ਦਿਨ ਕੀ ਬਣਦਾ। ਭਾਅ ਜੀ, ਤੁਸੀਂ ਜੇਕਰ ਆਪਾਂ ਤੁਹਾਡੀ ਫੈਨ ਫੋਲੋਇੰਗ ਦੀ ਗੱਲ ਕਰੀਏ, ਤੁਹਾਡੇ 4 ਤੋਂ 5 ਗਾਣੇ ਆਏ ਆ ਅਜੇ ਤੱਕ, ਅਤੇ ਉਹਨਾਂ ਗਾਣਿਆਂ 'ਚ ਤੁਸੀਂ ਇੰਨੀ ਜ਼ਿਆਦਾ ਫੈਨ ਫੋਲੋਇੰਗ ਬਣਾ ਲਈ ਹੈ ਜਿਹਨੂੰ ਬਣਾਉਣ ਵਾਸਤੇ ਕਿਸੇ ਸਿੰਗਰ ਨੂੰ 5-5, 6-6 ਸਾਲ ਲੱਗ ਜਾਂਦੇ ਆ। ਫੈਨ ਫੋਲੋਇੰਗ ਬਾਰੇ ਕੀ ਕਹਿਣਾ ਚਾਹੋਗੇ? ਫੈਨ ਫੋਲੋਇੰਗ ਟੂ ਬੀ ਓਨੈਸਟ ਤਾਂ ਗਿਫਟ ਹੀ ਆ ਰੱਬ ਦਾ, ਜਿਹੜਾ ਇੰਨੇ ਪਿਆਰੇ ਫੈਨ ਮੇਰੇ, ਜਿਹੜੇ ਇੰਨਾ ਜ਼ਿਆਦਾ ਪਿਆਰ ਕਰ ਰਿਹਾ। ਬਿਕੋਜ਼ ਤੁਹਾਡੀ ਗੱਲ ਸਹੀ ਹੈ, ਮੇਰੇ 4 ਹੀ ਗਾਣੇ ਆਏ ਹਾਲੇ ਮਾਰਕੀਟ ਦੇ ਵਿੱਚ, ਐਂਡ ਫੀਲ ਟੋਟਲੀ ਬਲੈਸਡ, ਰੱਬ ਦੀ ਬਹੁਤ ਕਿਰਪਾ ਹੈ ਜਿਹੜਾ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ। ਸੋ ਯੂ ਨੋ, ਥੈਂਕਸ ਟੂ ਮਾਈ ਫੈਨਸ, ਆਈ ਲਵ ਮਾਈ ਫੈਨਸ। ਇੰਚ ਗਾਣੇ ਦੇ 2-3 ਵਰਜ਼ਨ ਵੀ ਬਣ ਗਏ ਸੀ ਤੁਹਾਡੇ? ਇੰਚ ਦੇ, ਹਾਂਜੀ ਹਾਂਜੀ, ਇੰਚ ਤਾਂ ਮੈਨੂੰ ਮੈਸੇਜ ਆਉਂਦਾ ਕਿ ਇੰਚ 5 ਵੀ ਆ ਰਿਹਾ। ਸੋ ਮੈਂ ਸੋਚਿਆ, ਮੈਂ ਕਿਹਾ ਚਲੋ ਦੇਖਦੇ ਹਾਂ, ਮੈਂ ਤਾਂ ਹਾਲੇ ਦੂਜਾ ਵੀ ਕੱਢਣਾ। ਸੋ ਇਹ ਵੀ ਪਿਆਰ ਹੀ ਤੁਸੀਂ ਲੋਕਾਂ ਦਾ ਕਹਿ ਲਓ, ਬਿਕੋਜ਼ ਜੇ ਕੋਈ ਚੀਜ਼ ਅੱਛੀ ਲੱਗਦੀ ਹੈ ਉਹਦੀ ਹੀ ਕਾਪੀ ਹੁੰਦੀ ਹੈ, ਬਟ ਓਰੀਜਨਲ ਇਜ਼ ਓਰੀਜਨਲ, ਯੂ ਕਾਂਟ ਬੀਟ ਓਰੀਜਨਲ, ਯੂ ਨੋ। ਭਾਅ ਜੀ, ਤੁਸੀਂ ਸਿੰਗਿੰਗ ਲਾਈਨ 'ਚ ਕਿੱਦਾਂ ਆਏ? ਅਕਸਰ ਆਪਣੇ ਪੰਜਾਬ 'ਚ ਫੈਮਲੀਜ਼ ਜਿਹੜੀਆਂ ਹੁੰਦੀਆਂ ਵੀ ਕਲਚਰਲ ਐਕਟੀਵਿਟੀਜ਼ ਵੱਲ ਥੋੜ੍ਹਾ ਮਨਾ ਕਰਦੀਆਂ ਬੱਚਿਆਂ ਨੂੰ ਜਾਣ ਤੋਂ, ਕਿੱਦਾਂ ਕਨਵਿੰਸ ਕੀਤਾ ਫੈਮਲੀ ਨੂੰ, ਕਿੱਦਾਂ ਆਏ? ਫੈਮਲੀ ਦੀ ਸਪੋਰਟ ਸੀਗੀ ਮੈਨੂੰ ਸ਼ੁਰੂ ਤੋਂ, ਐਂਡ ਥੋੜ੍ਹਾ ਮਿਊਜ਼ਿਕ ਨਾਲ ਪਿਆਰ ਸੀਗਾ ਮੈਨੂੰ, ਪਰ ਇੰਨਾ ਸੀਗਾ ਨਹੀਂ ਕਿ ਪ੍ਰੋਫੈਸ਼ਨਲੀ ਆਈ ਬੀ ਡੂਇੰਗ ਦਿਸ ਵਨ ਡੇ। ਐਂਡ ਪੇਰੈਂਟਸ, ਮਾਈ ਬ੍ਰਦਰ, ਮਾਈ ਫੈਮਲੀ ਆਲਵੇਜ਼ ਸਪੋਰਟਿਡ ਮੀ, ਐਂਡ ਡਾਕਟਰ ਜ਼ੂਸ ਭਾਅ ਜੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ। ਯੂ ਨੋ, ਜਦੋਂ ਉਹਨਾਂ ਨੂੰ ਲੱਗਾ ਕਿ ਸਟੂਡੀਓ ਹੁਣ ਇਹਨੂੰ ਸਟੂਡੀਓ ਲੈ ਕੇ ਜਾਣ ਦਾ ਸਹੀ ਟਾਈਮ ਆ, ਸੋ ਦੈਨ ਹੀ ਟੁੱਕ ਮੇਰੀ ਸਟੂਡੀਓ। ਬਟ ਉਦੋਂ ਤੱਕ ਮੈਂ ਪਹਿਲਾਂ ਬਾਹਰ ਹੀ ਆਪਣੀਆਂ, ਯੂ ਨੋ, ਜੋ ਕਹਿੰਦੇ ਸੀਗੇ ਮੈਂ ਉਹ ਕਰਦਾ ਸੀਗਾ, ਆਈ ਬੀਨ ਪਰਫੋਰਮਿੰਗ ਵਿਦ ਜ਼ੂਸ, ਜਿਹੜੇ ਅੰਨ ਦੇ ਪੁਰਾਣੇ ਗਾਣੇ ਸੀਗੇ ਉਹ ਮੇਰੀ ਆਵਾਜ਼ 'ਚ ਰਿਕਾਰਡ ਕਰਕੇ ਅਸੀਂ ਉਹਨਾਂ ਗਾਣਿਆਂ 'ਤੇ ਅਸੀਂ ਪਰਫੋਰਮ ਕਰਦੇ ਰਹੇ ਵਰਲਡ ਵਾਈਡ। ਸੋ ਦਿਸ ਇਜ਼ ਮਾਈ ਫੈਮਲੀ, ਮਾਈ ਪੇਰੈਂਟਸ, ਮਾਈ ਬ੍ਰਦਰ, ਮਾਈ ਫੈਮਲੀ ਐਂਡ ਡਾਕਟਰ ਜ਼ੂਸ। ਸੋ ਫੈਮਲੀ ਮੇਰੀ ਸਾਰੀ ਨੇ ਸਪੋਰਟ ਮੈਨੂੰ ਬਹੁਤ ਕੀਤਾ, ਐਂਡ ਫੈਨਸ ਨੇ ਆਫਕੋਰਸ, ਸਰੋਤਿਆਂ ਨੇ ਜ਼ਿਆਦਾ ਸਪੋਰਟ ਕੀਤਾ। ਭਾਅ ਜੀ, ਤੁਸੀਂ ਓਵਰਸੀਜ਼ ਸ਼ੋਅ ਲਾਉਣ ਜਾਂਦੇ ਹੋ, ਤੁਹਾਡੇ ਉੱਥੇ ਸ਼ੋਅ ਸੋਲਡ ਆਊਟ ਹੁੰਦੇ ਆ, ਆਡੀਅੰਸ ਪੂਰਾ ਪਿਆਰ ਕਰਦੀ ਹੈ, ਕਿੱਦਾਂ ਮਹਿਸੂਸ ਹੁੰਦਾ ਆਡੀਅੰਸ ਯਾਰ ਇੰਨਾ ਪਿਆਰ ਦੇ ਰਹੀ ਹੈ, ਸਾਰੇ ਬੰਦੇ ਮੈਨੂੰ ਦੇਖਣ ਆਏ ਆ ਉੱਥੇ? ਮੈਂ ਦੱਸ ਵੀ ਨਹੀਂ ਸਕਦਾ ਤੁਹਾਨੂੰ, ਬਿਕੋਜ਼ ਉੱਥੇ ਜਾ ਕੇ ਪਤਾ ਲੱਗਦਾ ਮੈਨੂੰ ਆਪ ਨੂੰ ਵੀ ਕਈ ਵਾਰੀ ਕਿ ਇੰਨੇ ਜ਼ਿਆਦਾ ਹਿੱਟ ਹੋਏ ਆ ਗਾਣੇ, ਬਿਕੋਜ਼ ਜੋ ਤੁਸੀਂ ਬਿਜ਼ੀ ਹੁੰਦੇ ਆ ਬਾਹਰ, ਜਿੱਦਾਂ ਬਾਹਰ ਦੀ ਲਾਈਫ ਥੋੜ੍ਹੀ ਜਿੱਦਾਂ ਨਾਲੋਂ ਡਿਫਰੈਂਟ ਹੈ। ਮੈਂ ਇੰਡੀਆ ਵੀ ਰਹਿੰਦਾ ਆ, ਮੈਂ 5-6 ਮਹੀਨੇ ਇੰਡੀਆ ਵੀ ਰਹਿੰਦਾ, ਫਿਰ ਕੈਨੇਡਾ ਵੀ ਅਤੇ ਇੰਗਲੈਂਡ ਵੀ, ਬਟ ਉੱਥੇ ਥੋੜ੍ਹਾ ਡਿਫਰੈਂਟ ਮਾਹੌਲ ਹੈ ਉੱਥੇ, ਯੂ ਨੋ, ਜ਼ਿਆਦਾ ਅੰਦਰ ਰਹੀਦਾ, ਪਤਾ ਨਹੀਂ ਲੱਗਦਾ ਬਾਹਰ ਕੀ ਹੋ ਰਿਹਾ। ਬਟ ਪੰਜਾਬ ਜਾਂ ਇੰਡੀਆ ਜਦੋਂ ਆਈਦਾ ਉਹ ਏਅਰਪੋਰਟ ਤੋਂ ਸ਼ੁਰੂ ਹੋ ਜਾਂਦਾ, ਸੋ ਬਹੁਤ ਬਹੁਤ ਬੱਤੀ ਵਧੀਆ ਲੱਗਦਾ। ਤੁਹਾਡੇ ਨਾਲ ਕੋਈ ਇੱਦਾਂ ਹੋਇਆ ਹੋਵੇ, ਤੁਹਾਡੀ ਗੱਡੀ ਦੇ ਪਿੱਛੇ ਮੁੰਡਿਆਂ ਨੇ ਬਾਈਕਾਂ ਆ ਗਈਆਂ ਹੋਣ ਜਾਂ ਗੱਡੀਆਂ ਤੁਹਾਨੂੰ ਫੋਲੋ ਕਰ ਰਹੇ ਹੋਣ? ਹਾਂਜੀ ਹਾਂਜੀ, ਆਪਣਾ ਮੁੰਡੇ ਆ ਰਹੇ ਸੀਗੇ, ਮੁੰਡੇ ਅਸੀਂ ਜਾ ਰਹੇ ਸੀਗੇ ਵਾਪਸ ਹਰਿਆਣੇ ਨੂੰ, ਅੰਬਾਲੇ ਤੋਂ ਆਏ ਅਸੀਂ ਹੁਣੇ ਅੰਬਾਲੇ ਤੋਂ ਪਹੁੰਚੇ ਹਾਂ ਵਾਪਸ, ਐਂਡ ਸ਼ਹਿਰ ਦਾ ਨਾਂ ਕਿਹੜਾ ਸੀ, ਪਰ ਮੁੰਡੇ ਨੇ 15-20 ਕਿਲੋਮੀਟਰ ਪਿੱਛੇ ਗਏ ਸਾਡੇ ਨਾਲ ਯੂਨੀਵਰਸਿਟੀ, ਫਿਰ ਉੱਥੋਂ ਵਾਪਸ 15-20 ਕਿਲੋਮੀਟਰ ਆਏ। ਸੋ ਅਸੀਂ ਗੱਡੀ ਰੋਕ ਕੇ, ਮੈਂ ਕਿਹਾ ਇਹਨਾਂ ਨਾਲ ਜ਼ਰੂਰ ਮਿਲਣਾ, ਬਿਕੋਜ਼ ਇਹ ਵੀ ਪਿਆਰ ਹੀ ਆ ਕੋਈ, ਆਪਣਾ ਪਤਾ ਨਹੀਂ ਕਿੱਥੇ ਚੱਲੇ ਸੀਗੇ, ਸੋ ਮਗਰ ਹੀ ਆ ਗਏ ਰਸਤੇ ਤੋਂ, ਮਗਰ ਸੋ ਇਟਸ ਗੁੱਡ ਗੁੱਡ। ਭਾਅ ਜੀ, ਦਿਵਾਲੀ ਆਉਣ ਵਾਲੀ ਆ ਹਫ਼ਤੇ 'ਚ, ਇੰਡੀਆ ਦਾ ਸਭ ਤੋਂ ਵੱਡਾ ਆਪਣੇ ਇੰਡੀਅਨਸ ਦਾ ਤਿਉਹਾਰ ਹੈ ਦਿਵਾਲੀ, ਤੁਸੀਂ ਕੋਈ ਮੈਮਰੀਜ਼ ਖਾਸ ਜੁੜੀਆਂ ਹੋਣ ਦਿਵਾਲੀ ਦੇ ਤਿਉਹਾਰ ਨਾਲ ਜਾਂ ਕਿੱਦਾਂ ਦਿਵਾਲੀ? ਦਿਵਾਲੀ ਨਾਲ ਮੇਰੀਆਂ ਬਹੁਤ ਮੈਮਰੀਜ਼ ਜੁੜੀਆਂ ਹੋਈਆਂ, ਦਿਵਾਲੀ ਮੇਰਾ ਫੇਵਰੇਟ ਫੈਸਟੀਵਲ ਆ, ਅਤੇ ਮੈਂ ਅੱਜ ਹੀ ਗੱਲ ਕਰ ਰਿਹਾ ਸੀਗਾ ਕਿ ਮੈਂ ਇੰਡੀਆ ਜਦੋਂ ਅਕਤੂਬਰ ਨਵੰਬਰ 'ਚ ਆਉਣਾ ਨਾ, ਇੱਕ ਤਾਂ ਵੈਦਰ ਬਹੁਤ ਵਧੀਆ ਵੈਦਰ ਹੁੰਦਾ, ਥੋੜ੍ਹੀ ਥੋੜ੍ਹੀ ਠੰਡ, ਥੋੜ੍ਹੀ ਥੋੜ੍ਹੀ ਗਰਮੀ ਵੀ ਹੁੰਦੀ ਦੁਪਹਿਰ ਨੂੰ, ਐਂਡ ਜਿਹੜੀ ਰੌਣਕਾਂ ਆ ਬਾਜ਼ਾਰਾਂ ਦੀਆਂ, ਲਾਈਟਾਂ ਦੀਆਂ, ਕੁਛ ਛੋਟੇ ਹੁੰਦੇ ਤਾਂ ਅਸੀਂ ਪਿੰਡਾਂ 'ਚ ਵੀ ਰਹੇ ਹਾਂ, ਮੈਂ ਬਾਬਾ ਬਕਾਲਾ ਸਾਹਿਬ ਕਾਫੀ ਚਿਰ ਰਿਹਾ ਉੱਥੇ, ਮੈਂ ਯੂ ਨੋ ਛੋਟੇ ਜਦੋਂ 16 ਸਾਲ ਤੋਂ ਪਹਿਲਾਂ ਮੈਂ ਉੱਥੇ ਰਿਹਾ। ਸੋ ਉਹ ਚੀਜ਼ਾਂ ਜਿਹੜੀਆਂ ਰੌਣਕਾਂ ਲੱਗਦੀਆਂ ਹੁੰਦੀਆਂ ਬਾਜ਼ਾਰਾਂ ਦੀਆਂ, ਉੱਧਰ ਪਟਾਕੇ ਚੱਲ ਰਹੇ ਆ, ਕਿਤੇ ਗੁਰਦੁਆਰੇ 'ਚ ਪਾਠ ਹੋ ਰਿਹਾ, ਮੰਦਰਾਂ 'ਚ ਘੰਟੀਆਂ ਖੜਕਦੀਆਂ, ਸੋ ਬੜਾ ਪਿਆਰਾ ਮਾਹੌਲ ਜਿਹੜਾ ਇਹ ਹੁੰਦਾ ਆ। ਏਅਰਪੋਰਟ ਉੱਤਰੇ ਅਸੀਂ, ਅੰਮ੍ਰਿਤਸਰ ਸਜਾਇਆ ਪਿਆ ਪੂਰਾ, ਹਰਿਮੰਦਰ ਸਾਹਿਬ ਸਜਾਇਆ ਪਿਆ, ਸੋ ਬਹੁਤ ਵਧੀਆ, ਮੇਰਾ ਫੇਵਰਟ ਫੈਸਟੀਵਲ ਆ ਦੀਵਾਲੀ। ਅਤੇ ਪਟਾਕੇ ਉਡੋ ਕੇ ਚਲਾਉਣ ਦਾ ਸ਼ੌਂਕ? ਪਟਾਕੇ ਚਲਾਉਣ ਦਾ ਬਹੁਤ ਸ਼ੌਂਕ ਆ ਮੈਨੂੰ, ਪਰ ਮੈਂ ਚਲਾਇਆ ਨਹੀਂ, ਹੁਣ ਮੈਨੂੰ 4-5 ਸਾਲ ਹੋ ਗਏ, ਬਿਕੋਜ਼ ਮੈਂ ਦੀਵਾਲੀ ਵਾਲੇ ਦਿਨ, ਮੈਂ ਪਿਛਲੇ 3 ਸਾਲਾਂ ਤੋਂ ਮੈਂ ਫਲਾਈਟ ਵਿੱਚ ਹੁੰਦਾ, ਦੀਵਾਲੀ 'ਤੇ ਮੇਰਾ ਬਰਥਡੇ 3 ਸਾਲਾਂ ਤੋਂ ਮੇਰੇ ਫਲਾਈਟਾਂ 'ਚ ਆ। ਐਰਕੀ ਮੈਂ 18 ਤਰੀਕ ਨੂੰ ਸ਼ੋਅ ਕਰਕੇ 19 ਨਵੰਬਰ ਨੂੰ ਮੈਂ ਫਲਾਈਟ, ਮੇਰਾ ਬਰਥਡੇ ਆ, ਸੋ ਉੱਧਰ ਵੀ ਮੇਰੀ ਫਲਾਈਟ ਹੀ ਆ, ਪਰ ਦੀਵਾਲੀ ਵਾਲੇ ਦਿਨ ਮੈਨੂੰ ਇੱਥੇ ਹੀ ਆ ਮੈਂ। ਸੋ ਵਧੀਆ। ਭਾਅ ਜੀ, ਮਾਰਚ 'ਚ ਇੱਕ ਫਿਲਮ ਆਈ ਸੀ ਅਰਦਾਸ, ਉਹਦੇ ਵਿੱਚ ਤੁਸੀਂ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੱਤਾ ਸੀ ਜਦੋਂ ਤੁਸੀਂ ਐਕਟਿੰਗ ਡੈਬਿਊ ਕੀਤਾ ਸੀ, ਅਤੇ ਹੁਣ ਹੋਰ ਪਲੈਨਸ ਹੈ ਐਕਟਿੰਗ? ਹਾਂਜੀ,
in the pipeline. Okay. So definitely. At the moment, as a question, because we're just on the last steps. Okay. And Chetty surprise Instagram te pehle aajuga. Haan ji, haan ji. So definitely. Social media ਤੁਸੀਂ ਉਹਨੇ Instagram ਦੀ ਗੱਲ ਕੀਤੀ ਅੱਜ ਕੱਲ ਬਹੁਤ social media networks ਨੇ Facebook Instagram Snapchat ਤੁਹਾਡਾ ਸਾਰਿਆਂ ਚੋਂ favorite ਕਿਹੜਾ ਹੈ ਮੇਰਾ ਸਭ ਤੋਂ favorite ਹੈ Snapchat ਐਂਡ Instagram ਇਹ ਮੈਂ Facebook ਬਹੁਤ ਘੱਟ ਯੂਜ਼ ਕਰਦਾ ਕੋਈ specific reason ਇਹ ਹੋਈ ਹੈ ਕਿ within few seconds ਤੁਸੀਂ ਦੁਨੀਆ ਦੇ ਵਿੱਚ ਜਿਹੜੇ ਤੁਹਾਡੇ ਫੈਨਸ ਆ ਉਹਨਾਂ ਨੂੰ ਤੁਸੀਂ ਦੱਸ ਦਿੰਦੇ ਕਿ what you up to so ਉਹ ਜ਼ਿਆਦਾ quick ਹੈ Snapchat ਜੀ ਹੁਣ ਜਾਂਦੇ ਜਾਂਦੇ ਕੋਈ ਆਪਣੇ ਫੇਵਰੇਟ ਗਾਣੇ ਦੀਆਂ ਦੋ ਲਾਈਨਾਂ ਸਾਡੇ ਫੈਨਸ ਵਾਸਤੇ ਪਲੀਜ਼ ਹੁਣ ਤਾਰਾ 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 ਨਹੀਂ ਜਾਗ ਜਾਗ ਰਾਤਾਂ ਕੱਟਦਾ ਪੁੱਤ ਜੱਟਾਂ ਦਾ ਸੋਹਣੀਆਂ ਕੁਵਾਰਾ ਸੋਹਣੀਏ ਨੀ ਤੂੰ ਪੱਟਦਾ ਤੇਰੇ ਉੱਤੇ ਡੁੱਲਿਆ ਫਿਰੇ ਓਏ 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 ਤੇਰੇ ਉੱਤੇ ਡੁੱਲਿਆ ਫਿਰੇ ਸੋਹਣੀਏ ਨੀ ਪੁੱਤ ਜੱਟਦਾ Thank you very much. Thank you so much, Paji. Thank you. Wish you all the best. Thank you very much.